ਬਿਨਾ ਵੇਖੇ ਤੋਂ ਕਿਸੇ ਨੇ ਤੁਸੀਂ ਆਉਣ ਦੱਸੋ ਵੀ ਸਾਧੂ ਸਿੰਘ ਦੀ ਕਿਸੇ ਨੇ ਸ਼ਕਲ ਵੇਖੀ ਸੀ ਦੱਸੋ ਜਿਹਨੇ ਵੋਟ ਪਾਈ ਸੀ ਜਾ ਕੇ ਵੋਟਾਂ ਧੜਾ ਧੜ ਲੋਕਾਂ ਨੇ ਸਿੱਟੀਆਂ ਤੇ ਸਿਲਾ ਸਾਨੂੰ ਮਿਲਿਆ ਆ ਜੇ ਤੂੰ ਨਾ ਕੋਈ ਸਾਥੋਂ ਮਾੜੀ ਸ਼ਬਦ ਲਈ ਨਾ ਵਰਤਾ ਉਹ ਜਾਓ ਜੀ ਤੁਸੀਂ ਧੰਨਵਾਦ ਤੁਹਾਡਾ ਤੁਸੀਂ ਸਾਡੇ ਪਿੰਡੋਂ ਜਾਓ ਬਹੁਤ ਬਹੁਤ ਧੰਨਵਾਦ ਸਰ ਚਲੋ ਯਾਰ ਕੋਈ ਗਲੀਆਂ ਨਾਲੀਆਂ ਦਾ ਸੁਧਾਰ ਕੋਈ ਸੜਕਾਂ ਦੇ ਜਦੋਂ ਸਾਧੂ ਸਿੰਘ ਆਉਂਦੇ ਆ ਉਹ ਕੀ ਹਵਾਈ ਜਹਾਜ਼ 'ਚ ਹੈਲੀਕਾਪਟਰ ਦੇ ਵਿੱਚ ਆਉਂਦੇ ਆ ਉਹ ਗੇੜਾ ਨਹੀਂ ਮਾਰਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਨਹੀਂ ਉਹ ਠੀਕ ਆ ਗ੍ਰਾਂਟ ਨਹੀਂ ਆਈ ਕੋਈ ਤਾਲਮੇਲ ਨਹੀਂ ਹੋ ਸਕਿਆ ਹੋਣਾ ਅਤੇ ਕਈ ਪਿੰਡ ਹੋਰ ਵੀ ਐਸੇ ਹੈਗੇ ਆ ਵੀ ਜਿੱਥੇ ਤਾਲਮੇਲ ਨਹੀਂ ਹੋਇਆ ਉੱਥੇ ਨਹੀਂ ਗ੍ਰਾਂਟ ਗਈ ਵੀਡੀਓ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਵੀਡੀਓ ਵਿਰੋਧ ਹੈ ਜੀ ਹਾਂ ਇਹ ਵਿਰੋਧ ਹੋਇਆ ਹਲਕਾ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਦਾ ਦੱਸਦੇ ਕਿ ਪ੍ਰੋਫੈਸਰ ਸਾਧੂ ਸਿੰਘ ਪਹਿਲਾਂ ਤੋਂ ਹੀ ਐਮ ਪੀ ਨੇ ਅਤੇ ਲੋਕਾਂ ਦਾ ਕਹਿਣਾ ਹੈ ਕਿ 5 ਸਾਲ ਪਹਿਲਾਂ ਉਹਨਾਂ ਪ੍ਰੋਫੈਸਰ ਸਾਧੂ ਸਿੰਘ ਨੂੰ ਵੋਟਾਂ ਪਾਈਆਂ ਸਨ ਪਰ ਪ੍ਰੋਫੈਸਰ ਸਾਧੂ ਸਿੰਘ ਜਿੱਤਣ ਤੋਂ ਬਾਅਦ ਇੱਕ ਵਾਰ ਵੀ ਪਿੰਡਾਂ ਵਿੱਚ ਨਹੀਂ ਆਏ ਅਤੇ ਨਾ ਹੀ ਉਹਨਾਂ ਆਪਣੇ ਇਖਤਿਆਰੀ ਫੰਡ ਵਿੱਚੋਂ ਪਿੰਡਾਂ ਨੂੰ ਕੋਈ ਗ੍ਰਾਂਟ ਦਿੱਤੀ ਸਾਰੇ 1000 ਵੋਟਾਂ ਵਿੱਚੋਂ 237 ਵਧਾ ਕੇ ਲੀਡ ਕਰਾ ਕੀਤੀ ਦੋਨੇ ਪਾਰਟੀਆਂ ਤੋਂ ਕਿੰਨੀ ਵੋਟ ਪਈ ਵਧਾਈ ਚਲੋ ਕੋਈ ਨੀ ਖਚਣਾ ਪਿੰਡ ਹੀ ਦੱਸੀ ਜਾਂਦਾ ਨਗਰਮਾ ਹੀ ਬਣਦੇ ਹੁੰਦੇ ਸਾਰੇ ਪਿੰਡਾਂ 'ਚ ਬਣਦੇ ਹੁੰਦੇ ਬਿਨਾਂ ਵੇਖੇ ਤੋਂ ਕਿਸੇ ਨੇ ਤੁਸੀਂ ਆਓ ਦੱਸੋ ਵੀ ਸਾਧੂ ਸਿੰਘ ਦੀ ਕਿਸੇ ਨੇ ਸ਼ਕਲ ਵੇਖੀ ਸੀ ਦੱਸੋ ਜਿਹਨੇ ਵੋਟ ਪਾਈ ਸੀ ਜਾ ਕੇ ਵੋਟਾਂ ਧੜਾ ਧੜ ਲੋਕਾਂ ਨੇ ਸਿੱਟੀਆਂ ਤੇ ਸਿਲਾ ਸਾਨੂੰ ਮਿਲਿਆ ਆ ਮੇਰਾ ਇੱਕ ਖਾਸ ਬੰਦਾ ਸੀਗਾ ਜਿਹਨੂੰ ਇਹਨੇ ਫੋਨ ਕੀਤਾ ਮੈਂ 2 ਛਤਰਾਂ ਦੇ ਹਾਰ ਦੋਨਾਂ ਵਾਸਤੇ ਰੱਖੇ ਸੀ ਜੇ ਤੂੰ ਨਾ ਕੋਈ ਸਾਥੋਂ ਮਾੜੀ ਸ਼ਬਦ ਲਈ ਨਾ ਵਰਤਾ ਉਹ ਜਾਓ ਜੀ ਤੁਸੀਂ ਧੰਨਵਾਦ ਤੁਹਾਡਾ ਤੁਸੀਂ ਸਾਡੇ ਪਿੰਡੋਂ ਜਾਓ ਬਹੁਤ ਬਹੁਤ ਧੰਨਵਾਦ ਸਰ ਚਲੋ ਯਾਰ ਬਈ ਸਾਡਾ ਪਿੰਡ ਤਾਂ ਨਹੀਂ ਰਿਹਾ ਸੀ ਵਿਰੋਧੇ ਸਾਡੇ ਪਿੰਡ ਤਾਂ ਵੋਟ ਨਹੀਂ ਰਹੀ ਸੀ ਨਾ ਉਹਦੇ ਸਭ ਤੋਂ ਛੋਟੀ ਜਿਹੀ ਡਿਮਾਂਡ ਕੀਤੀ ਸੀ ਇੱਕ ਜਵਾਕਾਂ ਨੂੰ ਵਾਲੀਬਾਲ ਦਾ ਨੈੱਟ ਹੀ ਦੇ ਦਿੰਦੇ ਬਈ ਯਾਰ ਜਿੱਥੇ 12 ਮੁੰਡੇ ਖੇਡਦੇ 12 ਬੰਦੇ ਨਹੀਂ ਉਹਦੇ ਪਾਸੇ ਰਹਿੰਦੇ ਚਲੋ ਬਈ ਉਹ ਤੁਹਾਡਾ ਹੁਣ ਹੋ ਗਿਆ ਸਾਨੂੰ ਵੀ ਬੋਲਣ ਦਾ ਮੈਂ ਇਹ ਕਹਿੰਦਾਗਾ ਵੀ ਚਲੋ ਠੀਕ ਹੈ ਪਹਿਲੀ ਗੱਲ ਤਾਂ ਇਹ ਵੋਟਾਂ ਵੇਖ ਕੇ ਨਹੀਂ ਕਿਸੇ ਨੂੰ ਫੰਡ ਦਿੱਤਾ ਗਿਆ ਵੀ ਕਿੱਥੋਂ ਘੱਟ ਪਈਆਂ ਜਾਂ ਕਿੱਥੋਂ ਵੱਧ ਪਈਆਂ ਫੰਡ ਸਾਰਿਆਂ ਨੂੰ ਇਕੁਅਲ ਦਿੱਤਾ ਗਿਆ ਠੀਕ ਹੈ ਹਰੇਕ ਹਲਕ ਤੁਹਾਡੇ ਇਕੱਲਿਆਂ ਦੀ ਨਹੀਂ ਕਈ ਥਾਵਾਂ 'ਤੇ ਜ਼ਰੂਰੀ ਨਹੀਂ ਵੀ ਆਪਣੇ ਇੱਥੋਂ ਇਕੱਲੇ ਪਿੰਡ 'ਚੋਂ ਵੋਟ ਵਧੀਆ ਸਾਰਿਆਂ ਪਿੰਡਾਂ 'ਚੋਂ ਵੋਟ ਵਧੀਆ ਤਾਂ ਹੀ ਜਿੱਤੇ ਸੀ 2.5 ਲੱਖ ਵੋਟ ਤਾਂ ਹੀ ਪਏ ਸੀ ਨਾ ਉੱਥੇ ਉਹੋ ਜਿਹੇ ਕਈ ਪਿੰਡ ਰਹਿ ਗਏ ਆ ਜਿਨ੍ਹਾਂ 'ਚ ਆਪਾਂ ਫੰਡ ਨਹੀਂ ਪਹੁੰਚਾ ਪਾਏ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੁਹਾਡੇ ਨਾਲ ਕੋਈ ਨਿੱਜੀ ਆ ਜਾਂ ਪ੍ਰੋਫੈਸਰ ਸਾਹਿਬ ਨੇ ਇਹ ਚਾਹਿਆ ਸੀਗਾ ਵੀ ਤੁਹਾਨੂੰ ਦੇਣੇ ਨਹੀਂ ਫੰਡ ਹਰੇਕ ਹਲਕੇ 'ਚ ਰਹਿ ਗਏ ਆ 4-4 3-3 ਪਿੰਡ ਅੱਜ ਤੋਂ ਪਹਿਲਾਂ ਕਿੰਨੇ ਕੈਂਪੀਆਂ ਨੇ ਯਾਰ ਸਾਰੇ ਪਿੰਡਾਂ 'ਚ ਸਾਡੇ ਪਿੰਡ ਪਾਣੀ ਵਾਲੀ ਟੈਂਕੀ ਆ ਗਈ ਸੀ ਸਾਰਾ ਪਿੰਡ ਪਾਣੀ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ
2014 ਦੀਆਂ ਲੋਕ ਸਭਾ ਚੋਣਾਂ ਸਮੇਂ ਉਹਨਾਂ ਨੇ ਬਿਨਾਂ ਪ੍ਰੋਫੈਸਰ ਸਾਧੂ ਸਿੰਘ ਨੂੰ ਜਾਣਦਿਆਂ ਪਿੰਡ ਵਿੱਚੋਂ ਵੱਡੀ ਲੀਡ ਦਬਾਈ ਸੀ, ਪਰ ਜਿੱਤ ਜਾਣ ਤੋਂ ਬਾਅਦ ਪ੍ਰੋਫੈਸਰ ਸਾਧੂ ਸਿੰਘ ਨੇ ਨਾ ਤਾਂ ਉਹਨਾਂ ਦੀ ਕੋਈ ਸਾਰ ਲਈ ਅਤੇ ਨਾ ਹੀ ਪਿੰਡ ਨੂੰ ਕੋਈ ਗਰਾਂਟ ਦਿੱਤੀ। ਅੱਜ ਤੋਂ 5 ਸਾਲ ਪਹਿਲਾਂ ਇੱਕ ਵਾਰੀ ਉਹ ਸਾਡੇ ਪਿੰਡ ਆਏ ਸੀ। ਕਈ ਬੰਦੇ ਨੇ ਸਾਡੇ ਨੇ ਦੇਖਿਆ ਵੀ ਨਹੀਂ ਸੀ। ਸਾਡੇ ਸਾਰੇ ਨਗਰ ਨੇ ਉਹਨਾਂ ਨੂੰ ਵੋਟਾਂ ਪਾਈਆਂ। 950 ਦੇ ਵਿੱਚੋਂ 237 ਵੋਟਾਂ ਦੀ ਉਹਨਾਂ ਲੀਡ ਕੀਤੀ ਸਾਡੇ ਖੱਚਣਾ ਪਿੰਡ ਤੋਂ। ਅਤੇ ਬਹੁਤ ਵਧੀਆ ਸ਼ਾਨਦਾਰ ਜਿੱਤ ਦਵਾ ਕੇ ਸਾਡੇ ਨਗਰ ਨੇ ਜਾਂ ਸਾਰੇ ਹਲਕੇ ਨੇ ਉਹਨੂੰ ਭੇਜਿਆ ਸੀ ਐਮ ਪੀ ਬਣਾ ਕੇ ਲੋਕ ਸਭਾ 'ਚ। ਕਿੰਨੀ ਕੁ ਗ੍ਰਾਂਟ ਤੁਹਾਨੂੰ ਦਿੱਤੀ? ਸਾਡੇ ਕੁਛ ਨਹੀਂ ਆਇਆ ਜੀ ਅੱਜ ਤੱਕ, ਇਸੇ ਕਰਕੇ ਸਾਡਾ ਸਾਰੇ ਨਗਰ ਨੇ ਅੱਜ ਵਿਰੋਧ ਕੀਤਾ। ਰਾਮੇ ਨੂੰ 2 ਗ੍ਰਾਂਟਾਂ ਚੱਲੀਆਂ ਗਈਆਂ, ਕਾਸਮ ਭੱਟੀ ਮੜਾਕ ਵਾੜਾ ਕਿਸ਼ਨ ਸੋਰੀ ਰੋੜੀ ਕਪੂਰਾ ਗ੍ਰਾਂਟ ਸਾਡੇ ਪਿੰਡ ਨੂੰ। ਗ੍ਰਾਂਟ ਦਾ ਕੀ ਆਉਣੀ ਸੀ ਵੀ ਸਾਡੇ ਪਿੰਡ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਖੱਚੜਾਂ ਪਿੰਡ ਆਉਣ ਵਾਸਤੇ ਰਸਤਾ ਕਿਹੜਾ ਫਰੀਦਕੋਟ। ਨਾ ਕੋਈ ਧੰਨਵਾਦੀ ਦੌਰਾ, ਨਾ ਕਿਤੇ ਉਹ ਆਏ ਸਾਡੇ ਕੋਲ। ਮੇਰਾ ਨਾਂ ਸੁਖਦੇਵ ਹੈ ਜੀ। ਸੁਖਦੇਵ ਜੀ, ਕੀ ਮਤਲਬ ਅੱਜ ਪ੍ਰੋਫੈਸਰ ਸਾਧੂ ਸਿੰਘ ਇੱਥੇ ਤੁਹਾਡੇ? ਸਾਧੂ ਸਿੰਘ ਜੀ ਧੰਨਵਾਦ ਵਾਸਤੇ ਵੀ ਨਹੀਂ ਪਹੁੰਚੇ ਉਹ, ਜਦੋਂ ਉਹਨਾਂ ਨੂੰ ਇੱਥੋਂ ਵੋਟਾਂ ਲਈਆਂ ਸੀ ਉਸ ਟਾਈਮ ਵੀ ਉਹਨਾਂ ਨੂੰ ਚਾਨਣ ਹੋਇਆ ਵੀ ਮੈਂ ਉੱਥੋਂ ਜਿੱਤਿਆ, ਠੀਕ ਹੈ। ਉਸ ਪਿੰਡ ਦਾ ਵਿਕਾਸ ਦੇ ਵਾਸਤੇ ਕੁਛ ਵੀ ਨਹੀਂ ਕੀਤਾ ਗਾ, ਕੋਈ ਗਲੀਆਂ ਨਾਲੀਆਂ ਦਾ ਸੁਧਾਰ, ਕੋਈ ਸੜਕਾਂ ਦੇ। ਜਦੋਂ ਸਾਧੂ ਸਿੰਘ ਆਉਂਦੇ ਆ ਉਹ ਕੀ ਹਵਾਈ ਜਹਾਜ਼ 'ਚ ਹੈਲੀਕਾਪਟਰ ਦੇ ਵਿੱਚ ਆਉਂਦੇ ਆ? ਉਹ ਨਹੀਂ, ਗੱਡੀਆਂ ਮੋਟਰਾਂ 'ਚ ਜਾਂਦੇ ਆ। ਉਹ ਸੜਕਾਂ ਦੇ ਵਿੱਚ ਮਰੀਜ਼ ਜਾਂਦੇ ਆ, ਉੱਥੇ ਪੂਰੇ ਹੋ ਜਾਂਦੇ ਆ, ਉਹ ਮਰ ਮੁੱਕ ਜਾਂਦੇ ਵਿਚਾਰੇ। ਕੋਈ ਟੁੱਟਿਆ ਭੱਜਾ ਮਰੀਜ਼ ਜਾਂਦਾ ਹੈਗਾ, ਉਹ ਸੜਕਾਂ ਦਾ ਖੱਡੇ ਪਏ ਹੋਏ ਆ। 5 ਸਾਲਾਂ ਦੇ ਵਿੱਚ ਉਹ ਨਹੀਂ ਆਪ ਕਰ ਸਕਦੇ, ਕੰਮ ਕਰਵਾ ਤਾਂ ਸਕਦੇ ਆ ਉਹ। ਉਦੋਂ ਤੋਂ ਜਿੱਤ ਕੇ ਉਦੋਂ ਬਾਅਦ ਅੱਜ ਆਏ ਸੀਗੇ ਸਾਡੇ ਪਿੰਡ, ਨਾ ਕਦੇ ਧੰਨਵਾਦੀ ਦੌਰਾ। ਅਸੀਂ ਇਹਨਾਂ ਨੂੰ ਮਤੇ ਪਾ ਕੇ ਵੀ ਦਿੱਤੇ ਸੀ ਪਿੰਡ ਦੇ ਸਕੂਲ ਵਾਸਤੇ, ਆਪਣਾ ਵਾਟਰ ਆਰ ਓ ਸਿਸਟਮ ਵਾਸਤੇ ਵੀ ਇਹਨਾਂ ਨੂੰ ਕਿਹਾ ਸੀਗਾ, ਇੱਥੇ ਬੈਂਚਾਂ ਵਾਸਤੇ ਮਤਾ ਪਾ ਕੇ ਦਿੱਤਾ, ਪਰ ਇਹਨਾਂ ਨੇ ਕੁਛ ਨਹੀਂ ਕੀਤਾ। ਜਿਹੜਾ ਇਹ ਆਮ ਆਦਮੀ ਕਹਿ ਕੇ ਜਿਹੜੀ ਪਾਰਟੀ ਚੱਲੀ ਸੀ, ਇਹਨਾਂ ਨੇ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਕੀਤਾ ਸਾਡੇ ਪਿੰਡ ਵਾਸਤੇ। ਇੱਥੇ ਤਾਂ ਇਹਨਾਂ ਨੇ ਅੱਜ ਪਹਿਲੀ ਵਾਰ ਆ ਕੇ ਵੋਟਾਂ 'ਚ ਜਿੱਤਣ ਤੋਂ ਬਾਅਦ ਅੱਜ ਪਹਿਲੀ ਵਾਰ ਆ ਕੇ ਇੱਥੇ ਮੂੰਹ ਵਿਖਾਇਆ ਜੀ, ਲੋਕਾਂ ਨੂੰ ਕਿਸੇ ਨੂੰ ਚਿਹਰਾ ਵੀ ਨਹੀਂ ਵਿਖਾਇਆ ਗਾ ਆ ਕੇ। ਪਿੰਡ ਵਾਸੀਆਂ ਵੱਲੋਂ ਕੀਤੇ ਵਿਰੋਧ ਬਾਰੇ ਜਦੋਂ ਪ੍ਰੋਫੈਸਰ ਸਾਧੂ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਵੀ ਸਾਰਥਿਕ ਜਵਾਬ ਨਹੀਂ ਦਿੱਤਾ ਗਿਆ, ਪਰ ਕਿਸਾਨਾਂ ਦੇ ਮਸਲਿਆਂ ਉੱਤੇ ਉਹ ਜ਼ਰੂਰ ਬੋਲਦੇ ਨਜ਼ਰ ਆਏ। ਕਿੱਦਾਂ ਦਾ ਜਿਹੜਾ ਹੈਗਾ ਰਿਸਪੌਂਸ? ਬਹੁਤ ਅੱਛਾ ਰਿਸਪੌਂਸ ਹੈ। ਮੈਂ ਜਿਹੜੇ ਜਿਹੜੇ ਪਿੰਡਾਂ 'ਚ ਵੀ ਜਾ ਕੇ ਆਇਆ, ਉਹ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਸਮਝਦੇ ਨੇ ਕਿ ਦੇਸ਼ ਵਿੱਚ ਇੱਕੋ ਇੱਕ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜੀ ਦੇਸ਼ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਮਿਹਨਤਕਸ਼ ਲੋਕਾਂ ਦਾ, ਦੇਸ਼ ਦੀਆਂ ਔਰਤਾਂ ਜਿਹੜੀਆਂ ਆਪਦੇ ਪਰਿਵਾਰਾਂ ਦੇ ਨਾਲ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦੀਆਂ, ਜੇ ਉਹਨਾਂ ਦੀ ਕੋਈ ਆਵਾਜ਼ ਉਠਾਉਂਦਾ ਹੈ ਤਾਂ ਆਮ ਆਦਮੀ ਪਾਰਟੀ ਉਠਾਉਂਦੀ ਹੈ। ਹੋਰ ਹਿੰਦੁਸਤਾਨ ਦੇ ਵਿੱਚ ਕੋਈ ਪਾਰਟੀ ਨਹੀਂ, ਨਾ ਕੋਈ ਕੇਂਦਰ ਦੀ ਪਾਰਟੀ ਐਸੀ ਹੈ, ਨਾ ਕੋਈ ਸਟੇਟ ਦੀ ਪਾਰਟੀ ਹੈ। ਪੰਜਾਬ ਦੇ ਵਿੱਚ ਮੁੱਖ ਮੰਤਰੀ ਇੱਕ ਬਹੁਤ ਉਸ ਪਾਰਟੀ ਦਾ ਮੁੱਖ ਮੰਤਰੀ ਹੈ ਜਿਹੜੀ ਪਾਰਟੀ ਅਸੀਂ ਕਹਿ ਸਕਦੇ ਹਾਂ ਰਜਵਾੜਿਆਂ ਦੀ ਪਾਰਟੀ ਹੈ। ਨਹੀਂ ਉਹ ਠੀਕ ਹੈ, ਗ੍ਰਾਂਟ ਨਹੀਂ ਆਈ, ਕੋਈ ਤਾਲਮੇਲ ਨਹੀਂ ਹੋ ਸਕਿਆ ਹੋਣਾ, ਅਤੇ ਕਈ ਪਿੰਡ ਹੋਰ ਵੀ ਐਸੇ ਹੈਗੇ ਆ ਵੀ ਜਿੱਥੇ ਤਾਲਮੇਲ ਨਹੀਂ ਹੋਇਆ ਉੱਥੇ ਨਹੀਂ ਗ੍ਰਾਂਟ ਗਈ। ਪਰ ਇਹ ਗ੍ਰਾਂਟ ਹੈ ਜਿਹੜੀ 5 ਕਰੋੜ ਰੁਪਈਆ ਸਾਲ ਦਾ, ਇਹ ਲੋਕਾਂ ਦੇ ਉੱਤੇ ਲੱਗੇ ਹੋਏ ਟੈਕਸਾਂ ਵਿੱਚੋਂ ਜਾਂਦਾ ਪਾਰਲੀਮੈਂਟ ਵਿੱਚ, ਅਤੇ ਪਾਰਲੀਮੈਂਟ ਵਿੱਚੋਂ ਮੈਂ ਲੜ ਕੇ ਪੈਸਾ ਲਿਆਉਣਾ ਇਹ, ਕਿ ਇਹ ਪੈਸਾ ਜਿਹੜਾ ਲੋਕਾਂ ਦੀ ਲਹੂ ਪਸੀਨੇ ਦੀ ਕਮਾਈ ਦਾ ਪੈਸਾ,
ਉਹਨੂੰ ਫਿਰ ਜਦੋਂ ਵੰਡਣਾ ਹੁੰਦਾ ਇੱਕ ਪਾਰਲੀਮੈਂਟ ਮੈਂਬਰ ਜਿਹੜਾ ਹੈ ਮੈਨੂੰ ਪਹਿਲਾਂ ਸਾਲ ਭਰ ਤਾਂ ਇਸ ਸਰਕਾਰ ਨੇ ਦਫ਼ਤਰ ਹੀ ਨਹੀਂ ਦਿੱਤਾ, ਮੈਂ ਘਰ ਬੈਠਾ ਰਿਹਾ, ਲੋਕ ਮੇਰੇ ਘਰ ਆਉਂਦੇ ਨੇ ਰਹੇ ਨੇ, ਹੁਣ ਵੀ ਮੈਂ ਲਿਖ ਕੇ ਲਾਇਆ ਹੋਇਆ ਮੇਰੇ ਘਰ ਆਉਣ 'ਤੇ ਕੋਈ ਪਾਬੰਦੀ ਨਹੀਂ, ਅੱਧੀ ਰਾਤ ਆਓ ਮੈਂ ਅੱਧੀ ਰਾਤ ਵੀ ਉੱਠ ਕੇ ਤੁਹਾਡੀ ਸੇਵਾ ਕਰੂੰਗਾ। ਦਫ਼ਤਰ ਵਿੱਚ ਕੋਈ ਪਾਬੰਦੀ ਨਹੀਂ ਸੀ, ਦਫ਼ਤਰ ਵਿੱਚ ਜਿਹੜੇ ਵੀ ਆਉਂਦੇ ਰਹੇ ਨੇ ਉਹ ਤਾਲਮੇਲ ਕਰਦੇ ਰਹੇ ਨੇ, ਉੱਥੇ ਗ੍ਰਾਂਟ ਵੀ ਜਾਂਦੀ ਰਹੀ ਹੈ ਅਤੇ ਜਿੱਥੇ 1100 ਪਿੰਡ ਹੈ 20-25 ਕਸਬੇ ਨੇ ਅਤੇ ਉਹਨਾਂ ਵਿੱਚ ਇੱਕ MP ਇਕੱਲਾ ਜਾ ਕੇ ਅਫਸੋਸ ਵੀ ਨਹੀਂ ਕਰ ਸਕਦਾ ਕਿਸੇ ਮਾਤਮੀ ਤਾਲਮੇਲ ਦੀ ਫਿਰ ਉਹਨਾਂ ਲੋਕਾਂ ਵੱਲੋਂ ਵੀ ਤਾਲਮੇਲ ਦੀ ਕਮੀ ਹੈ ਅਤੇ ਇਹ ਹੈ ਵੀ ਦਫ਼ਤਰਾਂ ਵਿੱਚ ਨਾ ਪਹੁੰਚ ਸਕਣ ਦੀ ਇਹ ਵੀ ਕਮੀ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਲੋਕਾਂ ਨੂੰ ਇਹ ਦੱਸਿਆ ਕਿ ਤੁਹਾਡਾ ਪੈਸਾ, ਤੁਹਾਡੇ 'ਤੇ ਲੱਗੇ ਟੈਕਸਾਂ ਦਾ ਪੈਸਾ ਇਹ ਆਉਂਦਾ, ਇਹਦੀ ਦੁਰਵਰਤੋਂ ਜਿਹੜੀ ਹੈ ਨਾ ਉਹ ਗਲਤ ਹੋਊਗੀ। ਜਿੱਥੇ ਕਿਤੇ ਮੈਂ ਲਾਇਆ ਜੇ ਉਹਦੇ 'ਚੋਂ ਦੁਰਵਰਤੋਂ ਕਿਤੇ ਨਿਕਲ ਆਵੇ ਤਾਂ ਉਹ ਸਾਬਤ ਕਰ। ਕਈ ਹੋਰ ਵੀ ਪਿੰਡ ਨੇ ਜਿਹੜੇ ਪਿੰਡਾਂ ਵਿੱਚ ਜਿਹੜਾ ਹੈ ਉਹ ਨਹੀਂ ਤਾਲਮੇਲ ਹੋ ਸਕਿਆ ਅਤੇ ਉੱਥੇ ਨਹੀਂ ਪੈਸਾ ਲੱਗ ਸਕਿਆ। ਲੋਕ ਸਭਾ ਚੋਣਾਂ ਨੇ ਅਤੇ ਇਹਨਾਂ ਚੋਣਾਂ ਵਿੱਚ ਸਿਰਫ ਪ੍ਰੋਫੈਸਰ ਸਾਧੂ ਸਿੰਘ ਦਾ ਹੀ ਵਿਰੋਧ ਨਹੀਂ ਹੋਇਆ ਬਲਕਿ ਇਸ ਤੋਂ ਪਹਿਲਾਂ ਕਈ ਉਮੀਦਵਾਰ ਅਜਿਹੇ ਵਿਰੋਧ ਦਾ ਸ਼ਿਕਾਰ ਹੋ ਚੁੱਕੇ ਨੇ। ਪਰ ਇਹਨਾਂ ਵਿਰੋਧਾਂ ਦਾ ਖਮਿਆਜ਼ਾ ਕਿਸ ਉਮੀਦਵਾਰ ਨੂੰ ਕਿੰਨਾ ਕੁ ਝੱਲਣਾ ਪੈਂਦਾ ਇਹ ਤਾਂ ਵੋਟ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਰੀਦਕੋਟ ਤੋਂ ਜਗਤਾਰ ਦੁਸਾਂਝ, ਪੰਜਾਬੀ ਲੋਕ ਚੈਨਲ।